ਕੋਲਾ ਪਿੰਡ ਦੇ 120 ਪਰਿਵਾਰ 120 ਪਰਿਵਾਰ ਜਿਹੜੀਆਂ ਫੈਮਲੀਆਂ ਨੇ ਉਹਨਾਂ ਨੇ ਇੱਥੇ ਅੱਜ ਸਰੋਪੇ ਲੈ ਕੇ ਤੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ। ਇਹਨਾਂ ਨੇ ਵਚਨ ਕੀਤਾ ਸੀ ਕਿ ਵੀ ਤੁਸੀਂ ਇਕੱਲੇ ਜਾ ਕੇ ਚੰਡੀਗੜ੍ਹ ਤੇ ਅਕਾਲੀ ਦਲ 'ਚ ਸ਼ਾਮਲ ਹੋਏ ਹੋ ਤੇ ਸਾਨੂੰ ਨਹੀਂ ਕੀਤਾ। ਸਾਡੇ ਮਨ 'ਚ ਉਦੋਂ ਦੀ ਗੱਲ ਇਹ ਹੈਗੀ ਸੀਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਤਾਂ ਹੀ ਹੁੰਦੇ ਆ ਜੇ ਪਰਿਵਾਰਾਂ ਦੇ ਪਰਿਵਾਰ ਨਾਲ ਜੋੜੀਏ। ਤੇ ਸਾਡੇ ਇਹ ਵੀ ਮਨ ਸੀ ਵੀ ਆਪਣੇ ਹਲਕੇ ਵਿੱਚ ਆਪਣੇ ਪਿੰਡ ਵਿੱਚ ਇਹ ਗੱਲ ਕੀਤੀ ਜਾਏ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ, ਸੁਨੇਹਾ ਜਾਵੇ, ਲਾਗਲੇ ਪਿੰਡਾਂ ਵਾਲੇ ਵੀ ਇਦਾਂ ਸੱਦ ਕੇ ਸਾਨੂੰ ਅਕਾਲੀ ਦਲ ਸ਼ਾਮਲ ਹੋਣ ਤਾਂ ਕਿ ਆਉਣ ਵਾਲੀਆਂ 22 ਦੀਆਂ ਇਲੈਕਸ਼ਨਾਂ ਜਿਹੜੀਆਂ ਉਹਦੇ ਵਿੱਚ ਜਿੱਤ ਜਿਹੜੀ ਆ ਯਕੀਨੀ ਜਿਹੜੀ ਉਹ ਬਣਾਈ ਜਾ ਸਕੇ। ਟਿਕਟ ਸਾਨੂੰ ਸਾਡਾ ਦਊਗਾ ਲੀਡਰ ਤੇ ਅਸੀਂ ਜ਼ਰੂਰ ਲੜਾਂਗੇ, ਜਿੱਤਾਂਗੇ, ਦਾਵਾ ਸਾਡਾ ਪੱਕਾ ਹੀ ਪੱਕਾ ਵਾ ਕਿਉਂਕਿ ਲੋਕ ਸਾਨੂੰ ਚਾਹੁੰਦੇ ਨੇ, ਅਸੀਂ ਲੋਕਾਂ ਦੇ ਨਾਲ ਰਲ ਕੇ ਚੱਲਦੇ ਹਾਂ, ਇਸ ਕਰਕੇ ਸਾਡਾ ਦਾਵਾ ਹੈ। ਜੇ ਪਰ ਜਿਹਨੂੰ ਵੀ ਟਿਕਟ ਦੇ ਦੇਣਗੇ ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਜੀ ਸਾਡੇ ਲੀਡਰ ਨੇ, ਜਿਹਨੂੰ ਟਿਕਟ ਦੇ ਦੇਣਗੇ ਉਹਦੀ ਅਸੀਂ ਮਦਦ ਕਰਾਂਗੇ, ਅਕਾਲੀ ਦਲ ਨੂੰ ਜਿਤਾਵਾਂਗੇ, ਸਰਕਾਰ ਸੁਖਬੀਰ ਸਿੰਘ ਬਾਦਲ ਜੀ ਹੋਰਾਂ ਦੀ ਬਣਾਵਾਂਗੇ। 120 ਪਰਿਵਾਰ ਸਿਰ ਤੁਗਲਵਾਲਾ ਦੇ, ਪਰ ਮੈਂ ਰੋਜ਼ ਅਸੀਂ ਮੀਟਿੰਗਾਂ ਰੱਖ ਕੇ ਬਾਹਰਲੇ ਪਿੰਡਾਂ ਵਿੱਚ, ਅਸੀਂ ਇਸੇ ਕਰਕੇ ਬਾਹਰਲੇ ਜਿਹੜੇ ਸੱਜਣ ਨੇ ਸਾਡੇ ਪੁਰਾਣੇ ਵਰਕਰ ਨੇ, ਸਾਡੇ ਮਿੱਤਰ ਨੇ, ਸਾਥੀ ਨੇ, ਜਿਹੜੇ ਅਸੀਂ ਲੜਾਈਆਂ ਜੰਗਾਂ ਜੇਲ੍ਹਾਂ ਕੱਟਦੇ ਰਹੇ ਹਾਂ, ਉਹ ਸਾਰਿਆਂ ਨੇ ਇਹ ਨੂੰ ਇਕੱਠਿਆਂ ਕਰਕੇ ਇਹ ਮਨ ਬਣਾਇਆ ਕਿ ਹਰ ਪਿੰਡ ਵਿੱਚ ਜਿਹੜੀ ਹੈ ਜਿਹੜੀ ਗੱਲ ਹੈ ਉਹਨੂੰ ਚਲਾਇਆ ਜਾ ਸਕੇ, ਭਾਵੇਂ ਕਿਤੇ 50 ਪੈਣ, ਕਿਤੇ 20 ਪੈਣ। ਮੈਂ ਸਮਝਣਾ ਆਉਣ ਵਾਲੇ ਸਮੇਂ ਵਿੱਚ ਅਸੀਂ ਦੋਵਾਂ ਮਹੀਨਿਆਂ ਵਿੱਚ ਆਪਣੇ ਹਲਕੇ ਵਿੱਚ ਇਸ ਇਲਾਕੇ ਵਿੱਚ ਬਹੁਤ ਸਾਰੀ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਹੱਥ ਮਜ਼ਬੂਤ ਕਰਾਂਗੇ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦਾ ਹੱਥ ਮਜ਼ਬੂਤ ਕਰਾਂਗੇ, ਉਹਦਾ ਨਾਮ ਮਾਝੇ ਦਾ ਉੱਚਾ ਕਰਾਂਗੇ। ਤੇ ਕਿਸੇ ਤਰ੍ਹਾਂ ਗੱਡੀ ਜਦੋਂ ਚੱਲਦੀ ਹੈ ਨਾ ਤੇ ਕਿਸੇ ਕੱਚੇ ਲੱਥ ਜਾਂਦੀ ਹੈ ਕਿਸੇ ਕਾਰਨਾਂ ਕਰਕੇ, ਪਾਰਟੀ ਨੂੰ ਥੋੜਾ ਜਿਹਾ ਸਾਈਡ ਤੇ ਦਰਜਾ ਥੱਲੇ ਜਿਹੜਾ ਨਾ ਉਹਦਾ ਦੇ ਕੇ ਨਵਾਜਿਆ, ਬੜਾ ਵੱਡਾ ਤੁਗਰਵਾਲ ਨੂੰ ਮਾਣ ਮਿਲਿਆ। ਤੇ ਸਤਿ ਸ੍ਰੀ ਅਕਾਲ, ਕਿਉਂਕਿ ਇਸ ਤੁਸੀਂ ਤਾਂ ਸਾਰਾ ਤੁਸੀਂ ਇਤਿਹਾਸ ਤੋਂ ਜਾਣਦੇ ਹੋ ਕਿ ਸਾਡਾ ਸਿੱਖ ਇਤਿਹਾਸ ਕਿੰਨਾ ਵਿਸ਼ਾਲ ਇਤਿਹਾਸ ਆ, ਸਾਡੇ ਇੰਨੇ ਨੇ ਵੱਡੇ ਯੋਧੇ ਹੋਏ ਨੇ ਕਿ ਜਿਨ੍ਹਾਂ ਦਾ ਵਰਲਡ ਵਿੱਚ ਸਾਨੀ ਕੋਈ ਨਹੀਂ ਹੈਗਾ। ਤੇ ਸਾਨੂੰ ਅੱਜ ਹਮਕੋ ਤਮਕੋ ਬੋਲਣ ਵਾਲੇ ਜਿਨ੍ਹਾਂ ਨੂੰ ਆਪਾਂ ਭਈਆ ਜੀ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਆਪਣੇ ਭਾਈ ਵਿਰੋਧੀ ਪਾਰਟੀ, ਇਸ ਕਰਕੇ ਅਕਾਲੀ ਦਲ ਪਾਰਟੀ ਨੇ ਜਿਹੜਾ ਕੰਮ ਕੀਤਾ ਹੈ, ਮੇਰਾ ਖਿਆਲ 50 ਸਾਲ ਵੀ ਜਿਹੜਾ ਕਾਂਗਰਸ ਦਾ ਜਿਹੜਾ ਤੁਸੀਂ ਲੇਖਾ ਜੋਖਾ ਵੀ ਸਾਰੇ ਪੜ੍ਹੇ ਲਿਖੇ ਹੋ, ਕਾਂਗਰਸ ਦਾ 50 ਸਾਲ ਦਾ ਲੇਖਾ ਜੋਖਾ ਇੱਕ ਪਾਸੇ ਕਰ ਲਓ ਤੇ ਜਿਹੜਾ ਆਪਣੇ ਅਕਾਲੀ ਦਲ ਜਿਹੜਾ ਕਿ ਸਾਡੇ ਗਰੀਬਾਂ ਦੀ ਸਰਕਾਰ ਹੀ ਇਹੋ ਹੈ, ਤੇ ਇਸ ਕਰਕੇ ਅਸੀਂ ਡਟ ਕੇ ਇਹਨਾਂ ਦਾ ਸਾਥ ਦਈਏ। ਇੰਨੀਆਂ ਕੁ ਬੇਨਤੀਆਂ ਪਰਿਵਾਰ ਕਰੋ, ਜੇਕਰ ਮੇਰੇ ਵਿਚਾਰ ਤੁਹਾਨੂੰ ਚੰਗੇ ਲੱਗੇ ਆ ਤੇ ਮੈਂ ਇੱਕ ਜਕਾਰਾ ਛੱਡਾਂਗਾ ਚੜ੍ਹਦੀ ਕਲਾ ਦੇ। ਸਿੱਖੋ ਮੈਨੂੰ ਦੱਸ ਦੇ ਅਰਜੀ ਕਬੂਲੋ ਮੇਰੀ ਨੂੰ, ਆਪਣੇ ਘਰ ਪਰੇਸ਼ਾਨ ਬਣਾ ਰਹਾ ਪੰਜਾ ਸਿੰਘ। ਮੇਰੇ ਨਾਲ ਸਾਥੀ ਸਰਦਾਰ ਰਤਨ ਸਿੰਘ ਜੱਪਰਵਾਲ, ਜਿਹੜੇ ਮੇਰੇ ਭਰਾ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਤੇ ਸਾਡੇ ਅਕਬਰ ਦੇ ਨਾਲ ਜਿੱਦਾਂ ਕੁਲਦੀਪ ਸਿੰਘ ਜੀ, ਕੁਲਦੀਪ ਸਿੰਘ ਜੀ, ਪਰਸੋਤਮ ਸਿੰਘ ਜੀ, ਪਰਸੋਤਮ ਲਾਲ, ਮਨੂਕ ਸਿੰਘ, ਬਰਵਿੰਦਰ ਸਿੰਘ, ਧਰਮ ਸਿੰਘ, ਜਸਨੀਤ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ, ਸੁਰਿੰਦਰ ਸਿੰਘ, ਦਸਹਿਰਾ ਕਮੇਟੀ ਦਾ ਸੋਨੂੰ ਪ੍ਰਧਾਨ, ਮੁਰਗੇ ਫਤਲ ਆਦਿ ਨੇ ਇੱਕ ਸੋਨੂੰ ਪ੍ਰਧਾਨ ਦਸਹਿਰਾ ਕਮੇਟੀ ਦਾ, ਰਤਨ ਸਿੰਘ ਜੀ, ਅਭੀ ਖੜੇ ਕਰ ਲੈਣੇ ਪਿੱਛੇ, ਆ ਵੀ ਨਾਲ ਆ ਜਾਓ ਸਾਰੇ ਯਾਰ, ਹੋ ਗਿਆ ਹੋ ਗਿਆ।